ਜਨਤਾ ਨੂੰ ਜਾਂਦਾ, ਆਮ ਬੰਦਿਆਂ ਨੂੰ ਜਾਂਦਾ, ਜਿੰਨੇ ਮੇਰੇ ਨਾਲ ਆਮ ਵਲੰਟੀਅਰ ਸੀਗੇ ਜਿਨ੍ਹਾਂ ਨੇ ਦਿਨ ਰਾਤ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕੀਤਾ, ਇਹ ਸਾਰਾ ਸ਼੍ਰੇਅ ਉਹਨਾਂ ਨੂੰ ਜਾਂਦਾ। ਇਹਦੇ 'ਚ ਮੈਂ ਕਹਾਂਗਾ ਕਿ ਲੋਕ ਕਹਿੰਦੇ ਸਨ ਵੱਡੇ ਵੱਡੇ ਜੋਤਸ਼ੀ ਜਿਹੜੇ ਸੀਗੇ ਹਿੰਦੁਸਤਾਨ ਦੇ ਮੰਨੇ ਤਰਮੰਨੇ ਜੋਤਸ਼ੀ, ਅੱਜ ਮੈਨੂੰ ਲੱਗਦਾ ਕਿ ਲੋਕਾਂ ਦਾ ਜੋਤਸ਼ੀਆਂ ਦੇ ਵਿੱਚ ਵੀ ਵਿਸ਼ਵਾਸ ਉੱਠ ਜਾਏਗਾ, ਕਿਉਂਕਿ ਜੋਤਸ਼ੀ ਕਹਿੰਦੇ ਸੀ ਰੱਬ ਵੀ ਥੱਲੇ ਆ ਜਾਵੇ ਤੇ ਇਹਨੂੰ ਨਹੀਂ ਹਰਾ ਸਕਦਾ, ਔਰ ਅੱਜ ਸਾਬਤ ਹੋ ਗਿਆ ਕਿ ਰੱਬ ਥੱਲੇ ਆ ਗਿਆ। ਵੱਡੇ ਬਾਦਲ ਸਾਹਿਬ ਜਿਹੜੇ ਪਹਿਲੀ ਵਾਰੀ 94 ਸਾਲ ਦੀ ਉਮਰ ਚ ਆ ਕੇ ਹਾਰ ਗਏ ਆ, ਕੀ ਕਹਿਣਾ ਚਾਹੋਗੇ? ਭਾਜੀ ਆਪਣਾ ਝੋਟਾ ਮਾਰਿਆ ਝੋਟਾ ਉਹਨਾਂ ਨੇ, ਇੱਕ ਮਿੰਟ ਵੀਰ ਜੀ, ਉਹਨਾਂ ਨੇ ਉਹਨਾਂ ਨੂੰ ਚਾਹੀਦਾ ਹੀ ਨਹੀਂ ਸੀ, ਉਹਨਾਂ ਨੂੰ ਇਸ ਉਮਰ 'ਚ ਉਹਨਾਂ ਨੇ ਬੜਾ ਅੱਜ ਤੱਕ ਰਾਜਪਾਠ ਭੋਗ ਲਿਆ ਸੀ, ਮਗਰ ਇਹ ਲੋਕ ਜਿਨ੍ਹਾਂ ਨੂੰ ਸੱਤਾ ਦਾ ਲਾਲਚ ਨਹੀਂ ਛੱਡਦਾ, ਅੱਜ ਜਨਤਾ ਨੇ ਸਾਬਤ ਕਰ ਦਿੱਤਾ ਕਿ ਜਨਤਾ ਜਿਹੜੀ ਹੈ ਵੋਟ ਉਹਨੂੰ ਪਾਏਗੀ ਜਿਹੜਾ ਡਿਵੈਲਪਮੈਂਟ ਦੇ ਨਾਂ 'ਤੇ ਕੰਮ ਕਰੇਗਾ, ਜਿਹੜਾ ਆਮ ਬੰਦਿਆਂ ਦੇ ਦੁੱਖਾਂ 'ਚ ਦਰਦਾਂ ਦੇ ਵਿੱਚ ਜਾਏਗਾ। ਇਹ ਲੋਕਾਂ ਨੇ, ਆਮ ਜਨਤਾ ਨੇ ਸਾਬਤ ਕਰ ਦਿੱਤਾ। ਕੱਟੇ ਨਹੀਂ ਗਏ, ਦੁੱਖ ਕੱਟੇ ਜਾਣਗੇ, ਮਤਲਬ ਅੱਜ ਤੋਂ ਸ਼ੁਰੂਆਤ ਹੋ ਗਈ ਹੈ। ਜਿੰਨੇ ਵੀ ਮੈਂ ਹਲਕੇ 'ਚ ਜਾ ਕੇ ਦੇਖਿਆ ਕਿ ਲੋਕ ਬਹੁਤ ਦੁਖੀ ਨੇ, ਇਹ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਇਹਨਾਂ ਨੇ ਸਿਰਫ ਤੇ ਸਿਰਫ ਆਪਣੇ ਚਮਚਿਆਂ ਨੂੰ ਖੁਸ਼ ਕੀਤਾ, ਆਮ ਆਦਮੀ ਦੀ ਸਾਰ ਨਹੀਂ ਲਈ ਇਹਨਾਂ ਨੇ, ਦੁਖੀਆਂ ਦੀ ਗਰੀਬਾਂ ਦੀ ਸਾਰ ਨਹੀਂ ਲਈ ਇਹਨਾਂ ਨੇ। ਸੋ ਇਸ ਕਰਕੇ ਅੱਜ ਜਿਹੜੀ ਹੈ ਇੱਕ ਨਵੇਂ ਪੰਜਾਬ ਦੀ ਜਿਹੜੀ ਸਥਾਪਨਾ ਹੋ ਚੁੱਕੀ ਹੈ, ਜਿਹਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਬਣਨਗੇ, ਉਹ ਮੁੱਖ ਮੰਤਰੀ ਸਾਹਿਬ ਅਤੇ ਉਹਨਾਂ ਦੀ ਪੂਰੀ ਟੀਮ ਦਿਨ ਰਾਤ ਇੱਕ ਕਰਕੇ ਜੋ ਅਸੀਂ ਵਾਅਦੇ ਕੀਤੇ ਨੇ ਆਮ ਜਨਤਾ ਦੇ ਨਾਲ ਇੱਕ ਵਾਅਦਾ ਪੂਰਾ ਕਰਾਂਗੇ।